ਬੋਲਾ ਜੀ ਕੀ ਹਾਲ ਹੈ? ਅਲਹਮਦੁਲਿਲਾ ਇਹ ਜਿਹੜੀ ਤੁਹਾਡੀ ਘੜੀ ਹੈ ਜੀ, ਇਹ ਰਾਡੋ ਦੀ, ਇਹ ਤੁਹਾਡੀਆਂ ਸਾਰੀਆਂ ਵੀਡੀਓਜ਼ 'ਚ ਆ ਹੀ ਆਉਂਦੀ ਹੈ ਮਾਈ ਬ੍ਰਦਰ। ਮੈਂ ਭਾਵੇਂ ਇਹਦੀ ਕੀ ਖੁਸ਼ਕਿਸਮਤੀ ਹੈ, ਲੱਕੀ ਹੈ ਤੁਹਾਡੇ ਵਾਸਤੇ ਜਾਂ ਕੀ ਹੈ ਇਹਦੀ ਕੋਈ ਖਾਸੀਅਤ? ਭਾਈ ਲੱਕੀ ਦੀ ਗੱਲ ਨਹੀਂ ਹੁੰਦੀ, ਗੱਲ ਆ ਵੀ ਇਹ ਘੜੀ ਲਗਜ਼ਰੀ ਹੈ। ਇਹ ਘੜੀ ਇੱਕ ਪਹਿਚਾਣ ਇਨਸਾਨ ਦੀ, ਇਹ ਘੜੀ ਪਾਈ ਹੋਵੇ ਤਾਂ ਬੰਦਾ ਕਹਿੰਦਾ ਯਾਰ ਕੋਈ ਬੰਦਾ ਲੱਗਦਾ। ਬਾਕੀ ਮੈਨੂੰ ਵੀ ਬੜੀ ਬੜੀ ਮਹਿੰਗੀ ਘੜੀਆਂ ਹੋਰ ਵੀ ਗਿਫਟ ਲੋਕ ਦਿੰਦੇ ਨੇ, ਪਰ ਮੈਨੂੰ ਉਹ ਸ਼ੌਕ ਨਹੀਂ, ਮੈਨੂੰ ਇਹਦਾ ਸ਼ੌਕ ਹੈ ਐਵੇਂ ਕਹਿੰਦਾ ਜੈਨੂਅਨ ਰਾਡੋ। ਡਾਇਮੰਡਸ ਲੱਗੇ ਨੇ ਬਾਈ ਇਹਦੇ 'ਚ, ਸੋਨੇ ਐਪ 'ਤੇ ਸੋਨੇ ਦਾ ਕਵਰ ਹੁੰਦਾ, ਇਹ ਜੈਨੂਅਨ ਘੜੀ ਹੈ, 3-4 ਲੱਖ ਦੀ ਘੜੀ ਹੁੰਦੀ ਹੈ ਜੀ ਸੋਨੇ ਦੀ। ਇਹਦੇ 'ਚ ਡਾਇਮੰਡ ਲੱਗੇ ਹੁੰਦੇ ਨੇ, ਸੋਨੇ ਦੇ ਪਿੰਨਾਂ ਹੁੰਦੀਆਂ ਨੇ, ਸੋਨੇ ਦਾ ਕਵਰ ਹੈ, ਲਾਈਫ ਟਾਈਮ ਸੋਨਾ ਹੁੰਦਾ। ਇਹਨੂੰ ਕੰਧ ਨਾਲ ਰੋਕੋ ਜੋ ਮਰਜ਼ੀ ਕਰੋ, ਰਾਡੋ ਰਾਡੋ ਹੀ ਹੈ, ਰਾਡੋ ਰਾਡੋ ਹੀ ਹੈ ਸ਼੍ਰੀਕੋ। ਇੱਕ ਹੋਰ ਗੱਲ, ਤਾਂ ਲੋਕ ਬੜਾ ਇੰਨਾ ਵਹਾਉਂਦੇ ਨੇ, ਮੈਂ ਨਹੀਂ ਕਰਕੇ ਜਾਂਦਾ, ਚੰਦ ਚੜੇ ਛੁਪੇ ਨਹੀਂ ਰਹਿੰਦੇ। ਅਤੇ ਗੁਜਰਾਤ ਦੇ ਜਿਹੜੇ ਬੜਾ ਲੜੇ ਅਫਸੋਸਨਾਕ ਵਾਕਿਆ ਹੋਇਆ, ਉਹ ਮੁੰਡੇ ਦਾ ਵੀਡੀਓ ਬਿਆਨ ਵੀ ਆ ਗਿਆ, ਉਹਦੇ ਬਾਰੇ 'ਚ ਯਾਰ ਉਹਦੀ ਗੱਲ ਆਵਾਮ ਨੂੰ ਤੁਸੀਂ ਕੀ ਆ? ਆਵਾਮ ਨੂੰ ਮੈਂ ਆਖਾਂਗਾ, ਗਲਤੀ ਮਾਂ ਪਿਓ ਦੀ ਕਿਸੇ ਦੀ ਨਹੀਂ। ਉਹ ਮੁੰਡਾ ਕਹਿੰਦਾ ਮੈਂ ਇਹਨਾਂ ਦੇ ਘਰ ਆਉਣ ਜਾਣ ਕਰਦਾ ਰਹਿੰਦਾ ਹਾਂ, ਹੁਣ ਅੱਲਾ ਮੇਰਾ ਜਾਣਦਾ ਭਰਾ ਮੇਰੇ ਗੱਲ ਸੱਚੀ। ਉਹ ਮੁੰਡਾ ਰੋਜ਼ ਰਾਤੀ ਮੈਂ ਉਹਦੇ ਬਿਆਨ ਸੁਣਨਾ ਪਿਆ ਹਾਂ, ਉਹ ਕਹਿੰਦਾ ਮੇਰੀ ਟੀਚਰ ਸੀ, ਮੈਂ ਇਹਨਾਂ ਘਰ ਆਉਣਾ ਜਾਂਦਾ ਸਾਂ, ਹੁਣ ਅਗਲੀਆਂ ਗੱਲਾਂ ਅੱਲਾ ਤਾਲਾ ਕੋਲ ਨੇ, ਅੱਲਾ ਤਾਲਾ ਨਾਲ ਬਿਹਤਰੀ ਕਰੇ।